लोगों को कोरोना वायरस से बचाव के लिए लॉकडाउन का पालन करवाना हो या लोगों की सुरक्षा व्यवस्था संभालनी हो, ये काम पुलिस बखूबी करती आ रही है और इसके चलते पुलिस प्रशासन और पुलिस के डॉक्टर भी लोगों की मदद के लिए आगे आते दिखाई दे रहे हैं, जिसके चलते एक प्रवासी मजदूर की बच्ची के बुरी तरह जले हुए हाथ का इलाज मौके पर पहुंचकर पुलिस लाइन की डिस्पेंसरी में तैनात डॉक्टर विक्रमजीत सिंह और एसपी जसबीर सिंह की अगुवाई में पुलिस टीम ने किया और प्रवासी मजदूर को रुपये देकर मदद भी की। वहीं बच्ची के पिता रायकुमार ने पुलिस अधिकारियों और डॉक्टर का धन्यवाद किया। ਸਾਡਾ ਜਿਹੜਾ ਬਟਾਲਾ ਸ਼ਹਿਰ ਹੈ ਉਹਦੇ ਵਿੱਚ ਇਹ ਲੋਕ ਜਿਹੜੇ ਨੇ ਫੈਕਟਰੀਆਂ 'ਚ ਕੰਮ ਕਰਦੇ ਨੇ ਜਾਂ ਕਬਾੜ ਦਾ ਕੰਮ ਕਰਦੇ ਨੇ। ਸਵੇਰੇ ਐਸ ਐਸ ਪੀ ਸਾਹਿਬ ਭੁਪਿੰਦਰਜੀਤ ਸਿੰਘ ਘੁੰਮਣ ਸਾਹਿਬ ਆਏ ਸੀ ਸਵੇਰੇ, ਉਹਨਾਂ ਨੇ ਸਾਰੇ ਝੁੱਗਿਆਂ ਵਿੱਚ ਵਿਜ਼ਿਟ ਕੀਤਾ ਸੀ। ਉੱਥੇ ਆਣ ਕੇ ਜਦੋਂ ਦੇਖਿਆ ਤਾਂ ਇਹਦਾ ਹੱਥ ਸੜਿਆ ਸੀ, ਦੋ ਤਿੰਨ ਬੰਦੇ ਜਿਹਨਾਂ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਸੀ ਪੇਟ ਦੀ ਸੀ, ਇਨਫੈਕਸ਼ਨ ਸੀ ਕੁਛ, ਉਹਨਾਂ ਸਾਰਿਆਂ ਬਾਰੇ ਉਹ ਦੱਸ ਕੇ ਗਏ ਸੀ ਵੀ ਇਹਨਾਂ ਦਾ ਅੱਜ ਹੀ ਇਹਨਾਂ ਦਾ ਟ੍ਰੀਟਮੈਂਟ ਕਰਾਉਣਾ, ਨਾਲੇ ਇਸ ਲੜਕੀ ਦਾ ਬਹੁਤ ਜ਼ਿਆਦਾ ਹੱਥ ਸੜਿਆ ਸੀ, ਕੱਲ੍ਹ ਤੋਂ ਇਹਨਾਂ ਨੇ ਕੋਈ ਦਵਾਈ ਵੀ ਨਹੀਂ ਲਈ। ਅਤੇ ਅਸੀਂ ਜਦੋਂ ਦੇਖਿਆ ਵੀ ਬਹੁਤ ਸੀਰੀਅਸ ਕੰਡੀਸ਼ਨ ਸੀਰੀਅਸ ਸੀ ਬੜੀ ਇਹਦੀ, ਅਤੇ ਤੁਰੰਤ ਅਸੀਂ ਆਪਣੇ ਡਾਕਟਰ ਸਾਡੇ ਵਿਕਰਮਜੀਤ ਸਿੰਘ ਸਾਡੇ ਪੁਲਿਸ ਲਾਈਨ ਦੇ 'ਚ ਨੇ ਸਾਡੇ ਡਾਕਟਰ ਨੇ, ਉਹਨਾਂ ਨੇ ਫਿਰ ਕੋਈ ਇੰਤਜ਼ਾਮ ਕਰਕੇ ਜਿਹੜੇ ਸਾਡੇ ਸਪੈਸ਼ਲ ਨੇ ਡਾਕਟਰ ਓਪਰੇਸ਼ਨ ਕਰਨ ਵਾਲੇ ਨੇ ਉਹ ਸਾਰਾ ਸੈਟਅਪ ਇੱਥੇ ਲਿਆਂਦਾ, ਲਿਆ ਕੇ ਇਸ ਲੜਕੀ ਦਾ ਹੱਥ ਨੂੰ ਕਟਿੰਗ ਉਹਦੀ ਜਿਹੜਾ ਡੈੱਡ ਸਕਿਨ ਸੀ ਕੱਟ ਕੇ ਇਹਦਾ ਹੁਣ ਪੱਟੀ ਵਗੈਰਾ ਕੀਤੀ ਨੇ, ਹੁਣ ਲੜਕੀ ਬਿਲਕੁਲ ਠੀਕ ਹੈ। ਇਸ ਤੋਂ ਇਲਾਵਾ ਇਹਨੂੰ ਮੈਡੀਸਨ ਵੀ ਦੇਣਗੇ ਅਤੇ ਕੱਲ੍ਹ ਜਾਂ ਪਰਸੋਂ ਨੂੰ ਫਿਰ ਇਹਦੇ ਜਦੋਂ ਵੀ ਕਹਿਣਗੇ ਡਾਕਟਰ ਸਾਹਿਬ ਦੀ ਉਹਦੇ ਮੁਤਾਬਕ ਅਸੀਂ ਲੈ ਕੇ ਫਿਰ ਇੱਥੇ ਪੱਟੀ ਕਰਾਵਾਂਗੇ, ਜਿਹੜਾ ਕਿ ਬਹੁਤ ਜ਼ਰੂਰੀ ਸੀ। ਇਹ ਲੋਕ ਜਾ ਤਾਂ ਸਕਦੇ ਨੇ ਅਤੇ ਕੰਮ ਕਰ ਤੋਂ ਵੀ ਵਿਹਲੇ ਹੋਏ ਬੈਠੇ ਨੇ, ਰਾਸ਼ਨ ਤੋਂ ਇਲਾਵਾ ਜਿਹੜਾ ਇਹਨਾਂ ਦੀ ਸਿਹਤ ਦਾ ਵੀ ਪੂਰਾ ਬਟਾਲਾ ਪੁਲਿਸ ਖਿਆਲ ਰੱਖਦੀ ਹੈ ਅਤੇ ਅਸੀਂ ਅੱਗੇ ਵੀ ਖਿਆਲ ਰੱਖਦੇ ਰਹਾਂਗੇ ਇੱਦਾਂ ਹੀ, ਅਤੇ ਇਹਨਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣ ਦੇਵਾਂਗੇ। ਅਤੇ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਕਿਹਾ ਵੀ ਤੁਸੀਂ ਆਪਣੇ ਘਰਾਂ 'ਚ ਹੀ ਰਹੋ ਅਤੇ ਬੱਚਿਆਂ ਨੂੰ ਸਾਫ਼ ਸੁਥਰੇ ਰੱਖੋ ਤਾਂ ਜੋ ਇਹ ਬਿਮਾਰੀ ਜਿਹੜੀ ਨਾ ਕਰੋਨਾ ਇਹਨਾਂ ਦੀ ਬਿਮਾਰੀ ਹੈ ਇਹ ਕਿਤੇ ਤੁਹਾਡੇ ਝੁੱਗਿਆਂ ਵਿੱਚ ਕਿਤੇ ਪਕੜਨਾ ਮਜ਼ਬੂਤ ਕਰ ਲਏ, ਇਹਦੀ ਇਹ ਚੇਨ ਤੋੜੀ ਅਸੀਂ। ਅਤੇ ਨਾਲੇ ਇਹਨਾਂ ਨੂੰ ਅਸੀਂ ਸਾਰਾ ਕੁਝ ਗਾਈਡ ਵੀ ਕੀਤਾ ਵੀ ਕਿਵੇਂ ਕਿਵੇਂ ਘਰ 'ਚ ਰਹਿਣਾ, ਕਿਵੇਂ ਤੁਸੀਂ ਆਪਣੇ ਆਪਸ 'ਚ ਅੰਦਰ ਝੁੱਗੀ ਦੇ 'ਚ ਵੀ ਕਿਵੇਂ ਡਿਸਟੈਂਸ ਰੱਖਣਾ। ਮਾਨਯੋਗ ਐਸ ਐਸ ਪੀ ਸਾਹਿਬ ਬਟਾਲਾ, ਐਸ ਪੀ ਹੈੱਡਕੁਆਟਰ ਸਾਹਿਬ ਬਟਾਲਾ ਦੇ ਹੁਕਮ ਅਨੁਸਾਰ ਸਾਨੂੰ ਇਹੋ ਨਿਰਦੇਸ਼ ਹੋਇਆ ਸੀ ਵੀ ਤੁਸੀਂ ਝੁੱਗੀਆਂ ਝੌਂਪੜੀਆਂ ਦੇ ਵਿੱਚ ਜਾ ਕੇ, ਅਸੀਂ ਉਹਨਾਂ ਨੇ ਪਹਿਲਾਂ ਦੇਖੇ ਸੀਗੇ ਥੋੜ੍ਹੇ ਬੱਚੇ ਜਾਂ ਹੋਰ ਵੀ ਇੱਥੇ ਮਰੀਜ਼ ਹੈਗੇ ਆ, ਉਹਨਾਂ ਨੂੰ ਦਵਾਈਆਂ ਵਗੈਰਾ ਮੁਹੱਈਆ ਉਹਨਾਂ ਨੇ ਖੁਦ ਕਰਾਈਆਂ। ਇੱਕ ਬੱਚੀ ਜਿਹਦਾ ਕਿ ਪਿਛਲੇ 7-8 ਜਾਂ 10 ਦਿਨਾਂ ਤੋਂ ਜ਼ਿਆਦਾ ਹੀ ਉਹਦਾ ਹੱਥ ਸੜ ਗਿਆ ਸੀਗਾ, ਉਹਦਾ ਹੱਥ ਜਿਹੜਾ ਉਹ ਬੁਰੀ ਤਰ੍ਹਾਂ ਸੜਿਆ ਪਿਆ ਸੀ ਅਤੇ ਕਾਫੀ ਉਹਦੇ ਇਨਫੈਕਸ਼ਨ ਹੋ ਚੁੱਕੀ ਸੀਗੀ। ਅਤੇ ਜਦੋਂ ਅਸੀਂ ਫਿਰ ਚੈੱਕ ਉਹਨੂੰ ਕੀਤਾ ਅਤੇ ਉਹਦੇ ਉੱਤੇ ਜਿਹੜਾ ਭਈ ਜਿਹਨੂੰ ਸਾਡੀ ਲੈਂਗੁਏਜ ਵੀ ਕਹਿੰਦੇ ਵੀ ਡੈੱਡ ਸਲੱਫ ਬਣ ਗਿਆ ਸੀਗਾ, ਉਹਦੀ ਹੈਲਦੀ ਸਕਿਨ ਜਿਹੜੀ ਥੋੜ੍ਹੀ ਘੱਟ ਸੀ। ਫਿਰ ਉਹ ਅਸੀਂ ਡਾਕਟਰ ਮਰਵਾਹਾ ਹੋਸਪਿਟਲ ਤੋਂ ਸਪੈਸ਼ਲ ਉਹਨਾਂ ਦੇ ਓਟੀ ਅਸਿਸਟੈਂਟ ਜਿਹੜੇ ਮੇਰੇ ਨਾਲ ਆਏ ਹੈਗੇ ਆ ਦੋ, ਉਹਨਾਂ ਨੂੰ ਔਨ ਰਿਕੁਐਸਟ ਜਾਂ ਕਹਿ ਕੇ ਅਤੇ ਉਹਨਾਂ ਨੂੰ ਬੁਲਾਇਆ ਗਿਆ। ਫਿਰ ਐਸ ਪੀ ਹੈੱਡਕੁਆਟਰ ਰਾਏ ਸਾਹਿਬ ਦੀ ਅਗਵਾਈ ਦੇ ਹੇਠ ਇੱਥੇ ਅਸੀਂ ਇੱਕ ਛੋਟਾ ਜਿਹਾ ਆਪਰੇਸ਼ਨ ਥੀਏਟਰ ਮਾਈਨਰ ਤਿਆਰ ਕਰਕੇ ਉਹ ਬੱਚੀ ਦਾ ਜਿਹੜੀ ਡੈੱਡ ਸਕਿਨ ਸੀ ਉਹਨੂੰ ਸਲੱਫ ਨੂੰ ਕੱਟ ਦਿੱਤਾ। ਕੱਟਣ ਤੋਂ ਬਾਅਦ ਫਿਰ ਉਹਦੀ ਜਿਹੜੀ ਹੈਲਦੀ ਸਕਿਨ ਸੀ ਉਹਦੇ ਉੱਤੇ ਪੱਟੀ ਕਰ ਦਿੱਤੀ ਅਤੇ ਨਾਲ ਹੀ ਉਹਨੂੰ ਦਵਾਈਆਂ ਵਗੈਰਾ ਜਿਹੜੀਆਂ ਹੈਗੀਆਂ ਉਹ ਪੁਲਿਸ ਡਿਪਾਰਟਮੈਂਟ ਵੱਲੋਂ ਪਹਿਲਾਂ ਹੀ ਮੁਹੱਈਆ ਕੀਤੀਆਂ ਗਈਆਂ। ਹਾਂ ਜੀ, ਇਲਾਜ ਕਰਾਇਆ, ਉਹ ਆਪਰੇਸ਼ਨ ਕਰਕੇ ਪੱਟੀ ਉੱਟੀ ਕਰਾਇਆ ਔਰ ਕੁਛ ਪੈਸੇ ਵੀ ਦੀਏ। ਤੋ ਧੰਨਵਾਦ ਕਰਤੇ ਹੋ ਆਪ ਉਨਕਾ? ਉਨਕੋ ਤੋ ਧੰਨਵਾਦ ਕਰਤੇ ਹੈ, ਲੇਕਿਨ ਹਾਂ ਵੋ ਇਹ ਵੀ ਹੈ ਕਿ ਅਗਰ ਜੋ ਅੰਕਲ ਜੀ ਕੋ ਨਹੀਂ ਆਤੇ ਤੋ ਪਤਾ ਨਹੀਂ ਇਹ ਹਾਥ ਠੀਕ ਹੋਤਾ ਕਿ ਨਹੀਂ ਹੋਤਾ। ਦਵਾਈ ਦਵਾਈ ਵੀ ਦੀ ਹੈ, ਟੂਬ ਦੇਣੇ ਕੇ ਬੋਲਾ ਹੈ। ਗੁਰਦਾਸਪੁਰ ਸੇ ਜਸਵਿੰਦਰ ਬੇਦੀ ਕੀ ਰਿਪੋਰਟ। इस चैनल पर चल रहे मुद्दों पर अपने विचार देने के लिए कमेंट करें और अपडेट रहने के लिए चैनल को लाइक एंड सब्सक्राइब करें और हाँ, बेल आइकन दबाना ना भूलें।